ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਚੰਗੀ ਅੰਗਰੇਜ਼ੀ ਬੋਲਦੇ ਨੇ ਪਰ ਉਹ ਇਸ ਭਾਸ਼ਾ ਵਿੱਚ ਗੱਲਬਾਤ ਨਹੀਂ ਕਰਨਾ ਚਾਹੁੰਦੇ। ਟਰੰਪ ਨੇ ਇਹ ਗੱਲ ਫਰਾਂਸ ਵਿੱਚ G7 ਸਿਖਰ ਸੰਮੇਲਨ ਵਿੱਚ ਦੋਹਾਂ ਨੇਤਾਵਾਂ ਦੇ ਵਿਚਾਲੇ ਰਸਮੀ ਗੱਲਬਾਤ ਤੋਂ ਪਹਿਲਾਂ ਮਜ਼ਾਕੀਆ ਅੰਦਾਜ਼ ਵਿੱਚ ਕਹੀ ਹੈ। ਦੋਹਾਂ ਨੇਤਾਵਾਂ ਦੇ ਵਿਚਾਲੇ ਫਰਾਂਸ ਦੇ ਸ਼ਹਿਰ ਵਿੱਚ 40 ਮਿੰਟ ਤੱਕ ਚਰਚਾ ਹੋਈ ਹੈ ਤੇ ਟਰੰਪ ਤੇ ਮੋਦੀ ਨੇ ਗਰਮਜੋਸ਼ੀ ਨਾਲ ਇੱਕ ਦੂਜੇ ਨਾਲ ਹੱਥ ਮਿਲਾਇਆ ਅਤੇ ਮੀਡੀਆ ਦੇ ਸਾਹਮਣੇ ਹੋਏ। ਮੋਦੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਹਿੰਦੀ ਵਿੱਚ ਜਵਾਬ ਦਿੱਤਾ। ਇਸ ਦੌਰਾਨ ਜਦੋਂ ਮੋਦੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਨੇਤਾਵਾਂ ਨੂੰ ਇਕੱਲੇ ਵਿੱਚ ਗੱਲ ਕਰਨ ਦੇਣ ਤਾਂ ਟਰੰਪ ਨੇ ਮਜ਼ਾਕੀਆ ਅੰਦਾਜ਼ ਵਿੱਚ ਆਖਿਆ ਕਿ ਉਹ ਅਸਲ ਵਿੱਚ ਬਹੁਤ ਚੰਗੀ ਅੰਗਰੇਜ਼ੀ ਬੋਲਦੇ ਨੇ ਪਰ ਉਹ ਇਸ ਵਿੱਚ ਗੱਲ ਨਹੀਂ ਕਰਨੀ ਚਾਹੁੰਦੇ। ਦੋਹਾਂ ਨੇਤਾਵਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਅਤੇ ਹਰ ਕੋਈ ਉੱਥੇ ਮੌਜੂਦ ਹੱਸ ਪਿਆ। Well, we haven't been happy with the WTO, but now we're winning cases. We won the big Airbus case, as you know, and it's a tremendous case. I mean, it's billions of dollars. That was a very recent victory, and we're winning cases now. And we're being treated more fairly now in the WTO, which we appreciate. मुझे लगता है कि हम दोनों को बात करने दीजिए, हम दोनों बात करते रहेंगे, जब जरूरत पड़ेगी आप लोगों को जरूर जानकारी पहुंचाएंगे। He actually speaks very good English. We just don't want to talk about it. I think that you should let us discuss these things, and when we feel need, we will communicate to you.